ਸਿੰਘ ਜੀ ਜਿੰਨੀ ਅਫਗਾਨਿਸਤਾਨ ਫਤਿਹ ਕੀਤਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ। ਉਸ ਤੋਂ ਬਾਅਦ ਤੁਹਾਡੇ ਪੁਰਖਾਂ ਨੇ ਗੰਢੀ ਲੜਾਈ ਕੋਟਲੇ ਵਿੱਚ ਕੀਤੀ, ਜੁੱਟੀ ਲੜਾਈ ਅਗਲੇ ਪਿੰਡ ਕੀਤੀ। ਤੁਹਾਡੇ ਦਿਲ ਦੀ ਗੱਲ ਦੱਸੋ ਸੰਗਰੂਰ ਦੀ ਕਿ ਠੀਕ ਹੈ, ਧਿਰ ਨਹੀਂ ਹੈ ਨਾ ਭਗਵੰਤ ਮਾਨ ਦੀ, ਹੱਥ ਖੜੇ ਕਰ ਦੋ ਕੱਲਾ ਕੱਲਾ ਬੰਦਾ, ਫੇਰ ਹੱਲ ਹੋਣਾ ਨਹੀਂ ਆਈ ਹੋਈ ਚੱਲੂ, ਇੱਥੇ ਹਾਂ ਕਰ ਲਓ ਇੱਥੇ ਹਾਂ ਕਰ ਲਓ, ਉਹ ਅੰਦਰ ਬੈਠਾ ਸੁਣੀ ਜਾਓ, ਹੋਰ ਪਰਚੇ ਪਾਈ ਜਾਵੇ, ਸਿੱਧੀ ਭਗਵੰਤ ਮਾਨ ਦੀ ਕੋਠੀ ਘੇਰੋ। ਮੈਂ ਭਾਨੇ ਦੀ ਪੂਰੀ ਟੀਮ ਨੂੰ ਬੇਨਤੀ ਕਰਦਾ ਕਿ ਉਹ ਇਸ ਗੱਲ 'ਤੇ ਗੌਰ ਕਰਨ, ਖਿਆਲ ਰੱਖਣ। ਸੋ ਦੋਸਤੋ, ਕੋਟਦੋਨਾ ਵਿਖੇ ਖੜ੍ਹੇ ਹਾਂ, ਭਾਨਾ ਸਿੱਧੂ ਦੇ ਦੁਆਰਾ ਕੀਤੇ ਗਏ ਕੰਮ ਉਹੀ ਜੇਕਰ ਦੱਸੀਏ ਤਾਂ ਉਹੀ ਗੱਲ ਹੋਵੇਗੀ ਕਿ ਸੂਰਜ ਨੂੰ ਦੀਵਾ ਦਿਖਾਉਣਾ, ਪਰ ਫਿਰ ਵੀ ਅੱਜ ਉਹ ਸਮਾਂ ਹੈ ਕਿ ਉਹ ਦੱਸਣ ਦੀ ਜ਼ਰੂਰਤ ਪੈ ਗਈ ਹੈ। ਸਾਡੇ ਨਾਲ ਇੱਥੇ ਕੁਝ ਸੱਜਣ ਖੜ੍ਹੇ ਨੇ, ਮਿੱਤਰ ਖੜ੍ਹੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਿਨ੍ਹਾਂ ਦੇ ਲਈ ਭਾਨਾ ਸਿੱਧੂ ਨੇ ਕੁਝ ਅਜਿਹਾ ਕੀਤਾ ਕਿ ਇਹਨਾਂ ਦਾ ਅੰਦਰ ਬੋਲਿਆ ਕਿ ਮੈਨੂੰ ਵੀ ਜ਼ਰੂਰਤ ਹੈ ਉੱਥੇ ਜਾ ਕੇ ਅੱਜ ਡਟਣ ਦੀ, ਕਿਉਂਕਿ ਕਿਸੇ ਸਮੇਂ ਭਾਨਾ ਸਿੱਧੂ ਇਹਨਾਂ ਦੇ ਨਾਲ ਖੜਿਆ ਸੀ। ਸੋ ਇਸ ਤੋਂ ਪਹਿਲਾਂ ਕਿ ਇਹਨਾਂ ਦੇ ਨਾਲ ਗੱਲਬਾਤ ਕਰੀਏ, ਉਹਨਾਂ ਲੋਕਾਂ ਨੂੰ ਵੀ ਅਪੀਲ ਹੈ ਜਿਨ੍ਹਾਂ ਦੇ ਕੰਮ ਕਦੇ ਭਾਨਾ ਸਿੱਧੂ ਨੇ ਕੀਤੇ ਨੇ ਜਾਂ ਜੋ ਉਮੀਦ ਰੱਖਦੇ ਨੇ ਭਾਨਾ ਸਿੱਧੂ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਨਾ ਸਿੱਧੂ ਸਾਡੇ ਲਈ ਆਹ ਕਰਵਾ ਕੇ ਦੇਵੇਗਾ, ਸਾਡੇ ਪੈਸੇ ਕਢਵਾ ਕੇ ਦੇਵੇਗਾ, ਉਹ ਵੀ ਜ਼ਰੂਰ ਕੱਲ੍ਹ ਨੂੰ ਡਟ ਕੇ ਖੜਿਓ, ਤੋ ਅੱਜ ਗੱਲਬਾਤ ਵੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਇਹ ਬਾਈ ਜੀ, ਹੁਣ ਮੰਨ ਲਓ ਇਹ ਮੁੰਡੇ ਦੀ ਤਾਂ ਮਾਤਾ ਢਿੱਲੀ ਸੀ, ਇਹ ਰਾਜੀਆ ਪਿੰਡ ਆ ਸਾਡੇ ਨਾਲ, ਇਹਦੀ ਮਾਤਾ ਦਾ ਇਲਾਜ ਕਰਾਇਆ ਜੀ, ਆਹ ਮੁੰਡੇ ਦਾ ਚੂਲਾ ਪਵਾਇਆ, 3 ਦਿਨ ਹੋ ਗਏ ਜਿਹਨੂੰ ਲਗਾਤਾਰ ਆਉਂਦੇ ਨੂੰ, ਹੁਣ ਵੀ ਕੁੰਡੀ ਵੱਢ ਕੇ, ਚੂਲਾ ਤਾਂ ਕਾਫੀ ਮਹਿੰਗਾ ਪੈਂਦਾ ਜੀ, ਜਿੰਨੇ ਮਰਜ਼ੀ ਪੈਸੇ ਲੱਗੇ ਜੀ ਭਾਨੇ ਸਿੱਧੂ ਨੇ ਲਾਏ ਨੇ, ਸਾਰੇ ਭਾਨੇ ਨੇ ਤੋਂ ਪੈਸੇ ਤਾਂ ਨਹੀਂ ਲਿਆ, ਨਾ ਸਾਡੇ ਤੋਂ ਕੋਈ ਪੈਸੇ, ਚਾਹ ਦਾ ਉੱਤੇ ਖਰਚਾ, ਰੋਟੀ ਦਾ ਸਾਰਾ ਕੁਝ ਉਹਨਾਂ ਦੀ ਹੈ ਜੀ। ਅੱਛਾ, ਉੱਥੇ ਖਰਚਾ ਕਰ ਕਾਰ ਤੇ ਗਏ ਆ ਜੀ, ਆਪਦੀ ਕਾਰ ਤੇ ਲਿਜਾ ਕੇ ਡਾਕਟਰ ਕੋਲੇ, ਫਿਰ ਇਹਨਾਂ ਦਾ ਕੰਮ ਕਰਵਾਇਆ, ਇਸੇ ਤਰ੍ਹਾਂ ਹੀ ਆ ਮੇਰੀ ਮਾਤਾ ਨੂੰ PGI ਚੋਂ ਬਾਹਰ ਕਰਤਾ ਸੀਗਾ ਜੀ। ਅੱਛਾ, ਹਾਂਜੀ, ਪੈਸੇ ਦੇ ਮਤਲਬ ਘਾਟ ਕਾਰਨ, ਫਿਰ ਉਸ ਤੋਂ ਬਾਅਦ ਅਸੀਂ ਫੋਨ ਕੀਤਾ ਬਾਈ ਨੂੰ ਜੀ, ਬਾਈ ਨੇ ਫੋਨ 'ਤੇ ਹੀ ਮਤਲਬ ਜਿੰਨੀ ਕੁ ਮਦਦ ਹੋਈ ਬਾਈ ਨੇ ਮਦਦ ਕੀਤੀ ਸਾਡੀ ਜੀ, ਫਿਰ ਮੇਰੀ ਮਾਤਾ ਦਾ ਇਲਾਜ ਹੋਇਆ, 3 ਆਪਰੇਸ਼ਨ ਹੋਏ ਨੇ ਨਾਲ ਜਾ ਕੇ, ਨਾਲ ਉਸ ਤੋਂ ਬਾਅਦ ਬਾਈ ਆ ਪਹੁੰਚਿਆ ਜੀ ਖੁਦ। ਇੱਕ ਬਾਈ ਗੱਲ ਹੋਰ ਕਰ ਰਿਹਾ ਵਿੱਚ ਗੱਲ ਕਰਦਾ, ਕਈ ਭਰਾਵਾਂ ਦੇ ਮੈਨੂੰ ਵੀ ਫੋਨ ਆਉਂਦੇ, ਮੈਂ ਪੰਜਾਬ 'ਚ ਵਿਚਰਦਾ ਰਹਿੰਦਾ ਬਾਈ ਲੱਖੇ ਨਾਲ, ਹੈਗੀ ਜਾਣਸਾਨ ਹੈ ਨਾ, ਜਿੰਨੇ ਟਾਈਮ ਦੀ ਵੀ ਜਿਵੇਂ ਵੀ ਮੈਨੂੰ ਫੋਨ ਵੀ ਆਉਂਦੇ ਪੱਤਰਕਾਰਾਂ ਦੇ, ਆਮ ਲੋਕਾਂ ਦੇ, ਬਾਈ ਉਹ ਕਿਸਾਨਾਂ ਦੀ ਇਕੱਲਿਆਂ ਦੀ ਗੱਲ ਕਰਦਾ, ਉਹ ਮਜ਼ਦੂਰਾਂ ਦੀ ਗੱਲ ਨਹੀਂ ਕਰਦਾ, ਗਰੀਬਾਂ ਦੀ, ਆਹ ਤੁਹਾਡੇ ਸਾਹਮਣੇ ਮੈਨੂੰ ਬੋਲਣਾ ਪਿਆ ਵਿੱਚ ਆ ਕੇ, ਮਜ਼ਦੂਰ ਖੜੇ ਸਾਹਮਣੇ ਜਾਂ ਮੈਂ ਭਾਨੇ ਕੋਲ ਆਉਣਾ, ਮੇਰੇ ਥਰੂ ਕਿੰਨੇ ਬੰਦੇ ਨੇ ਕੰਮ ਲਾਇਆ,
ਉਹ ਬੰਦੇ ਇੱਥੇ ਆਉਣਗੇ ਕਿ ਨਹੀਂ ਆਉਣਗੇ, ਜਿਹੜੀ ਗਰੀਬਾਂ ਦਾ ਉਹਦੇ ਦਿਲ 'ਚ ਦਿਮਾਗ 'ਚ ਇਹੋ ਕੁਛ ਨਹੀਂ। ਮੈਂ ਅੱਜ ਹੀ ਇੱਕ ਸਲੋਕ ਉਹਦਾ ਭਾਨੀ ਦੀ ਵੀਡੀਓ ਸੁਣੀ ਜਾਂਦੀ, ਮੈਂ ਸਟੋਰੀ ਲਾਈ ਆ, ਗੁਰੂ ਰਵਿਦਾਸ ਦਾ ਸਲੋਕ ਕਹਿੰਦਾ ਵੀ ਜੇ ਸਾਨੂੰ ਜ਼ਿੰਦਗੀ ਬਖਸ਼ੀ ਹੈ ਸਾਥੋਂ ਚੰਗੇ ਕੰਮਾਂ ਦੀ ਆਸ ਰੱਖਦਾ, ਪਰਮਾਤਮਾ ਸਾਡੇ 'ਤੇ ਹੱਥ ਰੱਖ। ਕੋਈ ਐਂ ਗੁਰਬਾਣੀ ਦੀ ਗੱਲ ਕਰੀ ਜਾਂਦਾ ਉਹ, ਅਤੇ ਮੈਂ ਪਿੰਡ ਆ ਕੇ ਪਤਾ ਵੀ ਕੀਤਾ, ਮੈਂ ਦੀਵਾਲੀ ਵਾਲੇ ਦਿਨ ਭਾਰਤੀ ਲੋਕ ਨੀਚ ਕਿਵੇਂ ਬਣੇ ਕਿਤਾਬ ਬਾਈ ਨੂੰ ਦੇ ਕੇ ਗਿਆ। ਇੱਥੇ ਇੱਕ ਗੱਲ ਮੈਂ ਵੀ ਜਿਵੇਂ ਵੀਰ ਨੇ ਟੋਕ ਕੇ ਗੱਲ ਕੀਤੀ ਆ, ਮੈਂ ਵੀ ਦੱਸਣਾ ਚਾਹਾਂਗਾ। ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਦਿਨ ਚੱਲਦੇ ਸੀਗੇ, ਅਸੀਂ ਵੀ ਉੱਥੇ ਪਹੁੰਚੇ ਸੀ, ਵੀਰ ਦੀ ਵੀਡੀਓ ਬਣਾ ਰਹੇ ਸੀ, ਵੀਰ ਸੇਵਾ ਕਰ ਰਿਹਾ ਸੀ ਭਾਂਡੇ ਮਾਂਜਣ ਦੀ, ਸਾਨੂੰ ਉੱਥੇ ਰੋਕਦਾ, ਉਹ ਕਹਿੰਦੇ ਵੀ ਇਹ ਵੀਡੀਓ ਨਾ ਬਣਾਓ, ਪਰ ਫਿਰ ਵੀ ਥੋੜ੍ਹੀ ਜਿਹੀ ਅਸੀਂ ਵੀਡੀਓ ਬਣਾ ਲਈ ਸੀ ਜੋ ਕਿ ਤੁਸੀਂ ਦੇਖ ਵੀ ਚੁੱਕੇ ਹੋ। ਇਹ ਵੀ ਮਤਲਬ ਇੱਕ ਗੱਲ ਤੁਹਾਡੇ ਗੱਲ ਨਾਲ ਮਿਲਦੀ ਦੱਸੀ ਆ ਵੀ ਇਸ ਤਰ੍ਹਾਂ ਵੀ ਸੇਵਾ ਵੀ ਇੱਕ ਤਰ੍ਹਾਂ ਲੁਕੋ ਕੇ ਕਰਦੇ ਨੇ, ਕਿਉਂਕਿ ਉਹਨਾਂ ਦਾ ਕਹਿਣਾ ਸੀ ਨਹੀਂ ਕਹਿੰਦਾ, ਮਤਲਬ ਇਹ ਵੀ ਹਰ ਚੀਜ਼ 'ਤੇ ਲਾਈਵ ਨਹੀਂ ਹੋਇਆ ਜਾ ਸਕਦਾ, ਜਾਂ ਮੁੱਦਾ ਚੱਕ ਕੇ ਵੀਡੀਓ ਨਹੀਂ ਪਾਈ ਜਾ ਸਕਦੀ ਵੀ ਜਿੰਨੇ ਉਹ ਕੰਮ ਕਰਦਾ ਜੰਟ ਵਾਲੇ, ਉਹ ਤਾਂ ਸੋਸ਼ਲ ਮੀਡੀਆ ਦੇ ਸਾਹਮਣੇ ਨੇ। ਕਈ ਜਿਹੜੇ ਮੰਨ ਲਓ ਫਾਇਦੇ ਕਰਦੇ ਨਾ ਗਰੀਬਾਂ ਦੇ, ਉਹ ਨਹੀਂ ਪਾ ਸਕਦਾ ਸੋਸ਼ਲ ਮੀਡੀਆ, ਨਾ ਹੀ ਪਾਉਣੇ ਬਣਦੇ। ਹੁਣ ਮਤਲਬ ਦੋ ਤਿੰਨ ਘਰਾਂ ਦੇ ਮਕਾਨ ਬਣਾ ਕੇ ਦਿੱਤੇ ਨੇ ਗਰੀਬ ਦੇ, ਹੈ ਨਾ, ਜਾਂ ਕੋਈ ਵਿਧਵਾ ਔਰਤ ਸੀਗੀ, ਮਤਲਬ 60-67 ਕਾਮਲੇ ਨੇ ਜਿਨ੍ਹਾਂ ਨੂੰ ਫ੍ਰੀ ਦਵਾਈ ਦਵਾਉਣੇ ਆ ਜੀ, ਉਹਨਾਂ ਦਾ ਹੁਣ ਮਤਲਬ ਬੋਲ ਕੇ ਤਾਂ ਨਹੀਂ ਦੱਸਿਆ ਜਾਂਦਾ। ਕਿੰਨੇ ਮੁੰਡਿਆਂ ਨੂੰ ਨਾਲ ਲਈ ਫਿਰਦੇ ਆ ਜੀ, ਵੀ ਜਿਨ੍ਹਾਂ ਦਾ ਨਸ਼ਾ ਛਡਵਾਇਆ, ਕੁਛ ਹਾਲੇ ਹੋਰ ਨਾਲ ਲੈਣੇ ਨੇ। ਪਿੰਡ ਦੀ ਨੌਜਵਾਨ ਨੇ ਜਿਹੜੇ ਕਹਿੰਦੇ ਨੇ ਬਾਈ ਅਸੀਂ ਤੁਹਾਡੇ ਨਾਲ ਹਾਂ ਯਾਰ, ਸਾਡਾ ਨਸ਼ਾ ਛਡਵਾਓ, ਅਸੀਂ ਕਿਹਾ ਕੋਈ ਗੱਲ ਨਹੀਂ ਵੀਰੇ ਆ ਜਾਓ, ਮੋਸਟ ਵੈਲਕਮ ਹੈ ਨਾ, ਜਿਹੜੀਆਂ ਵੀਡੀਓ ਪਾ ਕੇ ਜਾਂ ਬੋਲ ਕੇ ਨਹੀਂ ਦੱਸੀਆਂ ਜਾ ਸਕਦੀਆਂ। ਲੋਕਾਂ ਨੇ ਕਹਿਣਾ ਯਾਰ ਇਹ ਆਪਦੇ ਨੰਬਰ ਬਣਾਉਂਦੇ ਨਾਲ ਬਣਾਉਂਦੇ ਆ, ਉਹ ਚੀਜ਼ਾਂ ਨਹੀਂ ਹੈਗੀਆਂ ਬਾਈ 'ਚ। ਮੈਂ ਦੀਵਾਲੀ ਵਾਲੇ ਦਿਨ ਆਇਆ ਇੱਥੇ, ਬਹੁਤ ਘੱਟ ਸੀਗਾ, ਮੈਨੂੰ ਕਹਿੰਦਾ ਤਾਂ ਪਾਈਏ ਵੀਰੇ ਜੇ ਲਾਜ ਵਾਲੀਆਂ, ਜੇ ਅਸੀਂ ਕੋਈ MLA ਜਾਂ ਕੋਈ MP ਖੜਾ ਹੋਣਾ, ਅਸੀਂ ਤਾਂ ਸੇਵਾ ਕਰਨੀ ਆ, ਉਹਨੇ ਸੇਵਾ ਵਾਲੀ ਜਜ਼ਬਾ ਲੈ ਕੇ ਚੱਲਿਆ, ਕਿਉਂਕਿ ਉਹਦਾ ਦਾਦਾ ਕਰਦਾ ਹੁੰਦਾ ਸੀ ਜਿਹੜੀ ਆ ਦਾਣਾ ਮੰਡੀ ਦੇ ਵਿੱਚ ਖੜੇ ਆ, ਉਹਦੇ ਦਾਦੇ ਨੇ ਡਾਲੀ ਕਰਨੀ ਪਿੰਡ 'ਚੋਂ ਪ੍ਰਸ਼ਾਦਿਆਂ ਦੀ, ਨਾਲੇ ਦੁੱਧ ਪਾਣੀ ਦੀ, ਕਿੰਨੇ ਦਿਨੀ ਭਰਤ ਪਈ ਗਈ ਆ, ਤਾਂ ਉਹਦੀ ਮਤਲਬ ਪ੍ਰਸ਼ਾਦਿਆਂ ਦੀ ਡਿਊਟੀ ਉਹਦੇ ਦਾਦੇ ਦੀ ਸੀ। ਅਤੇ ਵੱਡੀ ਗੱਲ ਹੈ ਦਾਣਾ ਮੰਡੀ ਬਣਵਾਉਣੀ, ਸਾਰੇ ਪਿੰਡ ਦੇ ਦਾਣੇ ਮਤਲਬ ਇੱਥੇ ਡਿੱਗਦੇ ਨੇ, ਪੱਕੀ ਹੋ ਗਈ ਹੈ ਨਾ। ਮੈਂ ਕਿਹਾ ਜਿਹੜੀ ਗੱਲ ਕਰਦੀ ਮੈਂ ਦੀਵਾਲੀ ਵਾਲੇ ਦਿਨ ਦੀ, ਵੀ ਦੀਵਾਲੀ ਦਿਨ ਮੈਂ ਆਇਆ, ਮੈਂ ਬਾਈ ਲੱਖੇ ਨੇ ਫੋਨ ਕਰਤਾ, ਕਹਿੰਦਾ ਉਹ ਸੋਨੀ ਮੁੰਡਾ ਆਉਂਦਾ ਤੇਰੇ ਕੋਲ ਕਿਤਾਬ ਦੇਣ, ਮੈਂ ਕਿਹਾ ਮੈਨੂੰ ਮੈਂ ਇੱਥੇ ਘਰ ਆਇਆ ਵੀ ਇੰਨਾ ਇਕੱਠ, ਇੰਨੇ ਜਾਣੀ ਗਿਫਟ ਦੇ ਕੇ ਗਏ ਲੋਕ, ਸਾਂਭੇ ਨਹੀਂ ਆਉਂਦੇ ਜੀ। ਕਹਿੰਦਾ ਸੋਨੀ ਮੈਨੂੰ ਕਹਿੰਦਾ ਆਹ ਵੇਖ ਲਾ, ਹੁਣ ਤੂੰ ਆਪ ਨੋਟ ਕਰ ਆਪਦੀ ਅੱਖਾਂ ਨਾਲ, ਉਹ ਜਿੰਨੇ ਡੱਬੇ ਆਈ ਜਾਂਦੇ ਸੀ ਮਿਠਾਈ ਦੇ ਜਾਂ ਹੋਰ, ਉਹ ਸਾਰੇ ਕਹਿੰਦਾ ਇਹ ਸਾਰੇ ਹੁਣ ਮਜ਼ਦੂਰਾਂ ਦੇ ਘਰਾਂ 'ਚ, ਜਿੰਨੇ ਗਰੀਬਾਂ ਦੇ ਘਰਾਂ 'ਚ ਜਾਈ ਜਾਂਦੇ, ਉਹ ਮੈਂ ਆਪਦੇ ਅੱਖੀਂ ਵੇਖੀਆਂ ਚੀਜ਼ਾਂ ਯਾਰ, ਅਸੀਂ ਕਿਸੇ ਨੂੰ ਸੁਣ ਕੇ ਥੋੜ੍ਹੀ ਕਹਿੰਦੇ ਹਾਂ। ਅਸੀਂ ਮੈਂ ਅੱਜ ਤੱਕ ਕੋਈ ਨਿੱਜੀ ਕੰਮ ਨਹੀਂ ਲਿਆ ਬਾਈ ਤੋਂ, ਪਰ ਲੋਕਾਂ ਦੇ ਮੁੰਡਿਆਂ ਦੇ ਜਿਵੇਂ ਤੁਸੀਂ ਕਿਹਾ ਆਉਣ ਵਾਲੇ ਟਾਈਮ 'ਚ ਆਸ ਭਾਨੇ ਤੋਂ ਰੱਖਦੇ, ਲੋਕ ਬਹੁਤ ਰੱਖਦੇ ਆ, ਕਿਉਂਕਿ ਮੇਰੇ ਨਾਲ ਬਹੁਤ ਮੁੰਡੇ ਇਹ ਜੁੜੇ ਜਿਨ੍ਹਾਂ ਨੇ 2,00,000 ਤੋਂ ਅਤੇ ਭਾਨੇ ਤੋਂ ਕੰਮ ਕਰਾਏ ਨੇ, ਉਹਨਾਂ ਨੂੰ ਬਿਨਾਂ ਸਵਾਰਥ ਤੋਂ ਅਤੇ ਕੀਤੇ ਆ ਉਹਨੇ, ਅਤੇ ਅੱਗੇ ਵੀ ਕਰਨਗੇ, ਕਿਉਂਕਿ ਉਹ ਸਾਡੇ ਕੋਲ ਆਉਂਦੇ ਉਦੋਂ ਆ ਜਦੋਂ ਕਹਿੰਦੇ ਬਾਈ ਸਾਡੀ MLA ਨਹੀਂ ਸੁਣਦਾ, ਸਾਡੀ ਪ੍ਰਸ਼ਾਸਨ ਨਹੀਂ ਸੁਣਦਾ, ਫਿਰ ਆਉਂਦੇ। ਇਹਦਾ ਮਤਲਬ ਸਾਡੀ ਕੁਛ ਸੁਣਦਾ ਨਾ ਭਾਨੇ ਦੀਆਂ ਲੱਖੀ ਦੀ, ਫਿਰ ਹੀ ਆਉਂਦੇ ਆ ਪ੍ਰਸ਼ਾਸਨ ਤੋਂ, ਲੋਕਾਂ ਦੀ ਯਾਦ ਮੁੱਕ ਚੁੱਕੀ ਹੈ। ਜੇ ਪ੍ਰਸ਼ਾਸਨ ਕੰਮ ਕਰਦਾ ਹੋਵੇ, ਫਿਰ ਆਹ ਲੀਡਰ ਕੰਮ ਕਰਦੇ ਹੋਣ, ਤਾਂ ਫਿਰ ਭਾਨੇ ਵਰਗਿਆਂ ਨੂੰ ਜਾਂ ਲੱਖੇ ਸਾਣੇ ਵਰਗਿਆਂ ਨੂੰ ਕਚਹਿਰੀਆਂ ਲਾਉਣ ਦੀ ਕੀ ਲੋੜ ਪੈ ਗਈ? ਸਾਨੂੰ ਸੜਕਾਂ ਜਾਮ, ਹਾਂ ਸਾਨੂੰ ਰੋਡ ਜਾਮ ਕਰਨ ਦੀ ਕੀ ਲੋੜ ਪੈ ਗਈ? ਸਾਨੂੰ ਆਹ ਇੱਥੇ ਸਫਾਈ ਕਰੀ ਜਾਂਦੇ ਹਾਂ, ਇੰਨਾ ਮਿਹਨਤ, ਇੰਨਾ ਖਰਚਾ ਆਊਗਾ, ਜਿਹੜੇ ਦੂਰੋਂ ਲੋਕ ਚੱਲ ਕੇ ਆਏ ਨੇ ਉਹ ਅੰਮ੍ਰਿਤਸਰ ਨਹੀਂ ਆਏ ਵੇ ਨੇ, ਅਤੇ ਵੀ ਉਹ ਲੋੜ ਕਿਉਂ ਪਵੇ ਸਾਨੂੰ ਇਕੱਠ ਕਰਨ ਦੀ, ਜੇ ਸਰਕਾਰਾਂ ਅਤੇ MLA ਸਾਡੀ ਐਂ ਸੁਣਦੇ ਹੁਣ ਫੋਨ 'ਤੇ ਪ੍ਰਸ਼ਾਸਨ। ਉਹ ਵੀ ਫਰਕ ਹੈ ਜੀ ਗੱਲ ਕਰਨ ਦਾ, ਜੇ ਹੁਣ ਮੰਨ ਲਾ ਕੋਈ ਮੁਲਾਜ਼ਮ ਹੈ, ਉਹਨੇ ਮੰਨ ਲਾ ਕੁੜੀ ਦਾ ਰੌਲਾ ਜਾਂ ਮੁੰਡੇ ਵਾਲਾ, ਉਹਨੀ ਦਾਬ ਦੇ ਕੇ ਗੱਲ ਨਹੀਂ ਕਹੀ ਜਾਂਦੀ, ਇਹ ਮੁੰਡੇ ਨੂੰ ਵੀ ਘੂਰ ਕੇ ਕਹਿੰਦਾ, ਕੁੜੀ ਨੂੰ ਵੀ ਕਹਿੰਦਾ ਜੀ ਵੀ ਤੈਨੂੰ ਆਹ ਗੱਲ ਮੰਨਣੀ ਪੈਣੀ ਹੈ, ਭੈਣੇ ਆਪਦਾ ਘਰ ਪਤਾ ਲੱਗਿਆ ਕਿ ਆਪਦਾ ਜਵਾਕ ਸਾਹਮਣੇ, ਕਿੰਨੀਆਂ ਕੁੜੀਆਂ ਲੱਖੇ ਨੇ ਤਾਂ ਪਤਾ ਨਹੀਂ ਕਿੰਨੀਆਂ ਕੁ ਤੋਰਤੀਆਂ, ਸਾਡੀ ਵੀ ਇੱਥੇ ਮੰਨ ਲਾ ਇਹਦੀ ਗਿਣਤੀ ਨਹੀਂ ਵੀ ਕਿੰਨੀਆਂ ਕੁੜੀਆਂ ਦਾ ਕੀ ਕਰਤਾ, ਹੈ ਨਾ। ਜਿਵੇਂ ਮੰਨ ਲਾ ਹੁਣ ਅਸੀਂ ਟੀਚਾ ਮਥਿਆ ਹੋਇਆ ਸੀ ਵੀ ਯਾਰ ਆਪਾਂ ਪਿੰਡ 'ਚ ਇੱਥੇ ਕੁੜੀਆਂ ਦਾ ਵਿਆਹ ਕਰਾਂਗੇ, ਉਹ ਕਹਿੰਦਾ ਵੀ ਠੀਕ ਹੈ। ਗੱਲ ਚੱਲਦੀ ਜੋ ਇਹ ਵੀ ਚੱਲੀ ਆ ਕਿ ਕਿਹਾ ਜਾਂਦਾ ਵੀ ਪ੍ਰਸ਼ਾਸਨ ਕੋਲੋਂ ਲੋਕਾਂ ਦੇ ਕੰਮ ਨਹੀਂ ਹੁੰਦੇ ਤਾਂ ਭਾਨੇ ਕੋਲ ਆਉਂਦੇ ਨੇ, ਇਹ ਵੀ ਪਤਾ ਲੱਗਿਆ ਕਿ ਪੁਲਿਸ ਮੁਲਾਜ਼ਮ ਵੀ ਭਾਨੇ ਕੋਲ ਆਉਂਦੇ ਨੇ ਕੰਮ ਕਰਾਉਣ ਲਈ? ਬਿਲਕੁਲ ਜੀ, ਹਾਂ ਜਿਵੇਂ ਕਿਸੇ ਦੇ ਮਤਲਬ ਰਿਸ਼ਤੇਦਾਰ ਦੇ ਉਹਨਾਂ ਦੇ ਫਸੇ ਹੋਏ ਸੀਗੇ ਮੁੰਡੇ ਦਾ, ਚੱਲ ਆਪਾਂ ਨਾਂ ਕਾਹਨੂੰ ਲੈਣਾ, ਹੈ ਨਾ, ਉਹ ਕਹਿੰਦਾ ਜੀ ਹੁਣ ਮੇਰਾ ਮਹਿਕਮਾ ਮੇਰਾ ਕੀ ਕਰਾਂ ਮੈਂ, ਹੈ ਨਾ।
ਵੀ ਮੈਂ ਕਈ ਥਾਵਾਂ 'ਤੇ ਮਜਬੂਰ ਵੀ ਹੋ ਜਾਂਦੇ, ਕਹਿੰਦੇ ਯਾਰ ਤੁਸੀਂ ਤਾਂ ਆਜ਼ਾਦ ਹੋ, ਹੈ ਵੀ ਆਜ਼ਾਦ ਹੈ ਭਾਣਾ ਤਾਂ ਕੋਈ ਮੱਲਾ ਹੈ ਨਾ, ਪਰ ਹੁਣ ਆਜ਼ਾਦੀ ਖੋਹਦੇ ਨੇ ਇਹ। ਸਰਕਾਰਾਂ ਦਾ ਕੰਮ ਹੈ ਕਿ ਆਜ਼ਾਦੀ ਖੋਲ੍ਹੋ ਯਾਰ, ਇਹਨਾਂ ਨੂੰ ਗੁਲਾਮ ਬਣਾ ਕੇ ਰੱਖੋ, ਸਾਡੇ ਮੂਹਰੇ ਨਾ ਕੋਈ ਬੋਲੇ ਇੱਥੇ ਬੋਲੋ। ਕਿਤੇ ਇੱਕ ਤਰ੍ਹਾਂ ਦਾ ਇਹ ਵੀ ਆ ਵੀ ਭਾਨਾ ਚੁੱਪ ਕਰ ਜਿਓ, ਆਉਣੇ ਸਮੇਂ 'ਚ ਲੋਕਾਂ ਦੇ ਪੈਸੇ ਫਸੇ ਨੇ ਫਸ ਜਾਣ ਉੱਕਣੇ। ਵੀਰੇ ਤੁਸੀਂ ਗੱਲ ਨਹੀਂ ਸਮਝਦੇ, ਸਾਡੇ ਪਿੰਡ 'ਚ ਭਾਨੇ ਤੋਂ ਬਿਨਾਂ ਹੋਰ ਬੋਲੂ ਕੌਣ? ਜਦੋਂ ਭਾਨੇ ਨਾਲ ਆਹ ਕੁਛ ਹੋ ਜਾਂਦਾ, ਪੰਜਾਬ 'ਚ ਛੱਡੋ, ਪੰਜਾਬ 'ਚ ਕੌਣ ਬੋਲੂ? ਪੰਜਾਬ 'ਚ ਕੌਣ ਬੋਲੂ? ਕਿੰਨੇ ਕੁ ਰਹਿ ਗਏ ਜੀ? ਜਿਵੇਂ ਹੁਣ ਮੰਨ ਲਾ ਜਿਹੜੇ ਚੰਗੇ ਚੰਗੇ ਬੰਦੇ ਸੀ ਸਾਡੇ, ਉਹ ਤਾਂ ਤੁਰ ਗਏ ਜੀ। ਦੀਪ ਸਿੱਧੂ ਨੂੰ ਕਿਵੇਂ ਕੀ ਹੋ ਗਿਆ ਹੈ ਨਾ, ਦੀਪ ਅੰਬੀਆਂ ਸੀਗਾ, ਸੰਦੀਪ ਵਿਚਾਰਾ, ਉਹਦੇ ਨਿੱਕੇ ਨਿੱਕੇ ਜਵਾਕ ਯਾਰ ਜਦੋਂ ਰੋਂਦੇ ਨੇ ਹੈ ਨਾ, ਝੱਲੇ ਨਹੀਂ ਜਾਂਦੇ ਆਪ ਤੋਂ। ਹੁਣ ਸਿੱਧੂ ਮੂਸੇਵਾਲਾ ਕਿੱਡੀ ਵੱਡੀ ਗੱਲ ਸੀ ਯਾਰ, ਰਾਖ ਕਰਤਾ ਬਿੰਦ 'ਚ ਹੈ ਨਾ ਨੌਜਵਾਨ ਮੁੰਡਾ, ਉਹਦੇ ਮਾਂ ਪਿਓ ਨੂੰ ਪੁੱਛਣਾ ਚਾਹੀਦਾ ਵੀ ਯਾਰ ਉਹਦੇ ਕੀ ਹਾਲ ਹੋ ਰਿਹਾ ਅੱਜ, ਚਾਹੇ ਉਹ ਲੱਖ ਮੱਲਾ ਮਹਿਲ ਮਨਾਰੀਆਂ ਪਾਏ ਨੇ, ਅੱਜ ਡਰਾਉਂਦੇ ਨੇ ਬਾਈ ਉਹਨਾਂ ਨੂੰ, ਉਹੀ ਚੀਜ਼ਾਂ ਸਾਨੂੰ ਡਰਾਉਣਗੀਆਂ ਕੱਲ੍ਹ ਨੂੰ ਜੇ ਭਾਨੇ ਨੂੰ ਕੁਛ ਹੋ ਵੀ ਜਾਂਦਾ। ਸਪੋਜ ਕਰ, ਇਹ ਸਰਕਾਰਾਂ ਨੇ ਵੀਰੇ ਕੁਛ ਵੀ ਕਰ ਸਕਦੀਆਂ ਨੇ, ਪਰ ਜ਼ਿੰਮੇਵਾਰ ਤਾਂ ਸਰਕਾਰ ਹੀ ਹੈ ਨਾ ਹੁਣ ਜਦੋਂ ਸਰਕਾਰ ਕੋਲ ਹੈ ਸਾਡਾ, ਇਸ ਗੱਲ ਨੂੰ ਤਾਂ ਜ਼ਿੰਮੇਵਾਰ ਤਾਂ ਸਰਕਾਰ ਹੀ ਹੈ, ਤਾਂ ਸਾਡੇ ਜਵਾਕ ਨੂੰ ਲਈ ਬੈਠੇ ਨੇ, ਉਹੀ ਜ਼ਿੰਮੇਵਾਰ ਨੇ। ਅਸਲ ਕਾਰਨ ਦੱਸਾਂ ਮੈਂ ਹੁਣ, ਜਿੰਨਾ ਕੁ ਮੈਨੂੰ ਅਕਲ ਆ ਜਾਂ ਜਿੰਨਾ ਪੜ੍ਹਿਆ ਹੈਗਾ, ਇਹ ਪਰਚਾ ਭਾਨੇ 'ਤੇ ਦੇ ਕੇ ਜਾਂ ਲੱਖੇ 'ਤੇ ਜਾਂ ਜਿਹੜੇ ਵੀ ਨੌਜਵਾਨ ਦੇ ਕੇ, ਪਤਾ ਕੀ ਆ, ਇਹ ਨੌਜਵਾਨਾਂ ਦੇ ਮਨਾਂ 'ਚ ਡਰ ਪਾਉਂਦਾ, ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ। ਹੋਰ ਕੋਈ ਵੀ ਆਵਾਜ਼ ਨਾ ਕੋਈ ਚੱਕੇ, ਜੇ ਕੋਈ ਚੱਕਣ ਲੱਗੇ ਤਾਂ ਸੋਰੀ ਸੋਚੋ ਵੀ ਭਾਨੇ ਨਾਲ ਆਹ ਹੋਇਆ ਸੀ, ਲੱਖੇ ਨਾਲ ਹੋਇਆ ਸੀ। ਇਹ ਡਰ ਦਾ ਮਾਹੌਲ ਆ ਜਿਹੜਾ ਆਪਾਂ ਕਹਿੰਦਾ ਹਿੰਦੂ ਰਾਸ਼ਟਰ ਲਾਗੂ ਕਰਨ ਨੂੰ ਫਿਰਦੇ ਆ, ਮੈਨੂੰ ਲੱਗਦਾ ਹੋ ਗਿਆ। ਕਿਉਂਕਿ ਜੇ ਬਾਈ ਮੈਨੂੰ ਫੋਨ ਆਇਆ ਹੁਣ ਕਿਸੇ ਦਾ, ਮੈਂ ਨਾਂ ਕਾਹਨੂੰ ਲੈਣਾ, ਕਹਿੰਦਾ ਵੀਰੇ ਉਹਨੇ ਥੱਲੇ ਕਮੈਂਟ ਕੀਤਾ ਕਿਸੇ ਪੋਸਟ 'ਤੇ, ਕਹਿੰਦਾ 295A, ਮਤਲਬ ਸਾਡੇ ਕਮੈਂਟਾਂ ਤੋਂ ਹੀ ਸਰਕਾਰ ਜੱਜਮੈਂਟ ਲਾ ਲੈਂਦੀ ਵੀ ਇਹ ਕਿਹੋ ਜਿਹੇ ਬੰਦਿਆਂ ਨਾਲ ਰਹਿੰਦਾ, ਇਹਦਾ ਬੌਧਿਕ ਵਿਕਾਸ ਕਿੰਨਾ ਹੈਗਾ, ਇਹ ਸਰਕਾਰ ਨੂੰ ਪਸੰਦ ਨਹੀਂ ਕਰਦਾ, ਸਾਨੂੰ ਤਾਂ ਘਰਾਂ 'ਚ ਲੜਾ ਕੇ ਮਾਰ ਨੂੰ ਫਿਰਦੇ ਆ ਇਹ, ਅਤੇ ਪੰਜਾਬ ਨੂੰ ਸਾਂਭਣ ਦੀਆਂ ਗੱਲਾਂ ਜੇ ਅਸੀਂ ਕਰਾਂਗੇ ਤਾਂ ਸਾਨੂੰ ਮੈਨੂੰ ਲੱਗਦਾ ਬਖਸ਼ ਦੇਣਗੇ ਉਹ, ਜੇ ਅਸੀਂ ਲੀਡਰਾਂ ਦੀ ਚਮਚਾਗਿਰੀ ਨਹੀਂ ਕਰਦੇ ਹੈ ਨਾ। ਉਹ ਤਾਂ ਕਹਿੰਦੇ ਸਾਡੀ ਚਮਚਾਗਿਰੀ ਕਰਨ, ਪਾਲ ਕੇ ਰੱਖਦੇ, ਆਪਾਂ ਫਿਲਮਾਂ ਦੇਖਦੇ ਹਾਂ, ਗੁੰਡੇ ਬਣਾ ਕੇ ਬਾਹਰ ਛੱਡਦੇ, ਅਸੀਂ ਉਵੇਂ ਉਹ ਹੁਣ ਨੌਜਵਾਨ ਹੁਣ ਸਮਝ ਗਏ ਉਹ ਚੀਜ਼ਾਂ ਦੂਰ ਹੈ ਕਿ ਆਪਦਾ ਸਮਝੇ ਨਹੀਂ ਜੀ। ਹਾਂ, ਜਿੰਨੀ ਸਾਨੂੰ ਸਮਝਣ ਦੀ ਲੋੜ ਹੈ, ਪਤਾ ਕਿਵੇਂ ਜੀ, ਇੱਕ ਬੇਨਤੀ ਕਰਦਾ ਮੈਂ ਬਾਈ ਦੀ ਗੱਲ ਵੱਢਣੀ ਪੈ ਗਈ, ਜਿਵੇਂ ਹੁਣ ਬੇਅੰਤ ਸੀਗਾ ਜੀ, ਕਿੰਨਾ ਬੁੱਚੜ ਮੁੱਖ ਮੰਤਰੀ ਸੀਗਾ ਜੀ ਕਾਂਗਰਸ ਦਾ ਹੈ ਨਾ, ਉਹਦੇ ਚੱਕ ਕੇ ਜੀ ਪੋਤੇ ਨੂੰ MP ਬਣਾਤਾ, ਇੱਦੋਂ ਮੂਰਖ ਅਸੀਂ ਹੋਰ ਕੀ ਹੋਵਾਂਗੇ ਜੀ। ਉਹਦਾ ਪੋਤਾ ਦੇਖ ਲਓ ਸਿੱਖਾਂ ਬਾਰੇ ਕੀ ਬੋਲਦਾ, ਵੀ ਸਿੱਖਾਂ ਦੇ ਘਰੇ ਤੂੰ ਜੰਮਿਆ। ਇਹ ਗੱਲ ਇਹਨਾਂ ਲੋਕਾਂ ਨੇ ਕਾਂਗਰਸ ਵੀ ਫੇਲ ਕਰੀ ਹੋਈ ਹੈ ਜੀ। ਪਿਛਲੇ ਸਮੇਂ ਮੈਂ ਮਾਫ ਕਰਨਾ ਤੁਹਾਡੀ ਗੱਲ ਵੀ ਕੱਟੀ ਹੈ, ਅਤੇ ਇੱਥੇ ਪਿਛਲੇ ਦਿਨੀ ਰਾਮ ਮੰਦਿਰ ਦਾ ਉਦਘਾਟਨ ਹੋਇਆ, ਉੱਥੇ ਕੁਝ ਲੋਕਾਂ ਦਾ, ਹਿੰਦੂ ਵੀਰਾਂ ਦਾ ਇਹ ਕਹਿਣਾ ਸੀ ਕਿ ਸਾਡੇ ਯੋਧਿਆ ਜਿਹਨੇ ਢਾਈ ਸੀ ਬਾਬਰ ਨੇ, ਜਾਣੀ ਕਿ ਹਾਲਾਂਕਿ ਇਹ ਵਿਵਾਦਿਤ ਮੁੱਦਾ, ਆਪਾਂ ਇਹਦੇ 'ਤੇ ਨਹੀਂ ਬੋਲਦੇ ਕੌਣ ਸਹੀ ਸੀ ਕੌਣ ਗਲਤ ਸੀ, ਪਰ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਬਾਬਰੀ ਮਸਜਿਦ ਨੇ ਢਾਈ ਸੀ, ਅਸੀਂ ਬਾਬਰ ਦਾ ਖਾਨਦਾਨ ਖਤਮ ਹੈ ਇਸ ਟਾਈਮ, ਤੁਹਾਡੇ ਦਰਬਾਰ ਸਾਹਿਬ 'ਤੇ ਜਿੰਨਾ ਟੈਂਕ ਚਾੜੇ ਤੁਸੀਂ ਉਹਨਾਂ ਨੂੰ MP ਬਣਾਈ ਫਿਰਦੇ ਹੋ। ਫਿਰ ਉਹ ਵੀਰੇ ਉਹੀ ਗੱਲ ਆ ਗਈ ਨਾ ਵੀ ਅਸੀਂ ਇਕੱਲੇ ਕਾਂਗਰਸ ਨੂੰ ਪ੍ਰਮੋਟ ਕਰੀ ਜਾਂਦੇ ਹਾਂ, ਕਾਂਗਰਸ ਨੇ ਸਾਡੀ ਜਵਾਨੀ 92-93 ਵਾਲੀ ਕਹਾਣੀ ਕੀਤੀ ਆ, ਬੇਅੰਤ ਕੇ ਪਰਿਵਾਰ ਨੇ ਉਹਦੇ ਪੋਤੇ ਨੂੰ ਚੱਕ ਕੇ ਯਾਰ ਅਸੀਂ MP ਬਣਾਈ ਜਾਂਦੇ ਹਾਂ, ਉਹਦਾ ਪੋਤਾ ਤੂੰ ਐਂ ਲੈ ਲਾ ਵੀ ਕਿਵੇਂ ਬੋਲਦਾ ਹੁੰਦਾ, ਅੰਮ੍ਰਿਤਪਾਲ ਬਾਰੇ ਕਿਵੇਂ ਬੋਲਿਆ, ਅਵਾਰੇ ਬਾਰੇ ਕਿਵੇਂ ਬੋਲਿਆ, ਮੰਨ ਲਓ ਜੀ ਮੰਨ ਲਾ ਸੱਜਣ ਕੁਮਾਰ ਟਾਈਟਲ ਵਰਗੇ ਆ ਫਿਰਦੇ ਨੇ ਬਾਹਰ ਜੀ, ਉਹਨਾਂ 'ਤੇ ਕੀ ਹੋਇਆ? ਜਿਹੜੇ ਸਾਡੇ ਬੇਦੋਸੇ ਨੇ ਉਹਨਾਂ 'ਤੇ ਚੱਕ ਚੱਕ ਤੁਸੀਂ ਪਰਚੇ ਦੇਈ ਜਾਂਦੇ ਹੋ। 84 ਵੇਲੇ ਕਿੰਨੇ ਘਰ ਉੱਜੜੇ ਨੇ ਦਿੱਲੀ ਦੇ ਵਿੱਚ, ਘੱਟੋ ਘੱਟ 35,000 ਬੰਦਾ ਮਰਿਆ ਹੋਇਆ ਜੀ, ਹਾਂ ਟਾਇਰ ਪਾਪਾ ਸਾੜੇ ਹੋਏ ਨੇ। ਉਹੀ ਚੀਜ਼ ਇਹ ਹੁਣ ਕਰਨੀ ਚਾਹੁੰਦੇ ਨੇ ਵੀ ਯਾਰ ਆਹ ਬੋਲਣ ਲੱਗ ਗਏ ਜਵਾਕ ਸਾਡੇ ਮੂਹਰੇ ਬੋਲਣ, ਚਾਹੇ ਲੱਖਾ ਬੋਲਦਾ, ਚਾਹੇ ਕੋਈ ਵੀ ਬੋਲਦਾ ਜੀ, ਮੰਨ ਲਓ ਭਾਨਾ ਬੋਲਦਾ, ਹੋਰ ਬਥੇਰੇ ਨੇ ਬੁਲਾਰੇ ਹੈ ਨਾ, ਜਿਵੇਂ ਸੁਖਵਿੰਦਰ ਆ ਮੁੰਡਾ PP ਵਾਲਾ, ਵਿੱਚ ਸੇਵਾ ਵੀ ਬਹੁਤ ਕਰਦੇ ਨੇ, ਵਿੱਚ ਕਹਿੰਦੇ ਵੀ ਨਾ ਇਹ ਸੇਵਾ ਕਰਨ ਜੀ, ਵੀ ਇਹ ਤਾਂ ਸਾਡੇ ਗੁਲਾਮ ਹੋ ਕੇ ਰਹਿਣ। ਹੁਣ ਜਿਵੇਂ ਆਹ ਬੰਦੇ ਨੇ ਜੀ, ਇਹਨਾਂ ਨੂੰ ਆਪਾਂ ਜੇ ਤਾਂ ਇਲਾਜ ਕਰਾ ਤਾਂ ਗੁਲਾਮ ਥੋੜ੍ਹੀ ਬਣਾਉਣਾ ਵਿਚਾਰੇ ਨੂੰ, ਆਪਾਂ ਕੌਣ ਸੀ ਇਲਾਜ ਕਰਾਉਣ ਵਾਲੇ, ਉਹ ਤਾਂ ਵਾਹਿਗੁਰੂ ਨੇ ਦਾਤ ਬਖਸ਼ੀ ਆ ਜੀ, ਸੇਵਾ ਕਰੀ ਜਾਂਦੇ ਹੈ ਨਾ। ਅਤੇ ਇੱਕ ਇੱਥੇ ਨਫ਼ਰਤ ਦੀ ਰਾਜਨੀਤੀ ਤੋਂ ਸਾਹਮਣੇ ਆਇਆ, ਇੱਕ ਡਾਕਟਰ ਆ ਭਾਨੇ ਸਿੱਧੂ ਬਾਰੇ ਵੀ ਗਲਤ ਬੋਲਦਾ ਸੀ, ਅੱਜ ਉਹ 'ਤੇ ਵੱਡੀ ਕਾਰਵਾਈ ਹੋਈ ਹੈ, ਕਈ ਪਰਚੇ ਪਾਏ ਨੇ,
ਤੇ ਕਾਨੂੰਨ ਮਹਿਰਾ ਦਾ ਕਹਿਣਾ ਕਿ ਕਈ ਮਹੀਨੇ ਹੁਣ ਉਹ ਬਾਹਰ ਨਹੀਂ ਆ ਸਕਦਾ ਤੇ ਬਹੁਤ ਜ਼ਿਆਦਾ ਨਫ਼ਰਤ ਫੈਲਾ ਰਿਹਾ ਸੀ। ਉਹਦੀ ਮਾੜੀ ਗੱਲ ਆ ਜੀ, ਸਾਡੇ ਤਾਂ ਇੱਥੇ ਪਿੰਡ 'ਚ ਮੰਨ ਲਓ ਜੀ, ਜਿਵੇਂ ਹੁਣ ਮੰਨ ਲਓ ਅਸੀਂ ਪੱਗਾਂ ਦਾ ਕੈਂਪ ਲਵਾਉਣਾ, ਭਾਨੇ ਵੱਲੋਂ ਕੈਂਪ ਆ ਜੀ, ਪੱਗਾਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਜਿਹੜੇ ਨੌਜਵਾਨ ਨੇ, ਚਾਹੇ ਕੋਈ ਵੀ ਆ, ਚਾਹੇ ਮੰਨ ਲਾ ਮਾਝਵੀ ਸਿੱਖਾਂ ਦਾ ਮੁੰਡਾ ਹੋ, ਚਾਹੇ ਰਮਦਾਸੀਆਂ ਦਾ, ਸਾਡੇ ਪਿੰਡ ਵਿੱਚ ਵੀਰੇ ਐਵੇਂ ਦਾ ਇੱਕ ਵੀ ਫਰਕ ਨਹੀਂ। ਅਸੀਂ ਹੁਣ ਮੰਨ ਲਓ ਕੈਂਪ ਹੀ ਗੁਰਦੁਆਰੇ ਉੱਥੇ ਰੱਖਣਾ ਜੀ ਰਵਿਦਾਸ ਵਾਲੇ ਬਾਬੇ ਦੇ, ਕਿ 24-25 ਨੂੰ ਬਾਬੇ ਰਵਿਦਾਸ ਦਾ ਨਗਰ ਕੀਰਤਨ ਹੋਣਾ, ਉਹਦੇ ਸਾਰੇ ਮੁੰਡਿਆਂ ਦੇ ਪੱਗਾਂ ਬੰਨੀਆਂ ਹੋਣਗੀਆਂ, ਸਾਡੇ ਪਿੰਡ ਦੇ ਵਿੱਚ ਐਵੇਂ ਦਾ ਭੋਰਾ ਵੀ ਫਰਕ ਨਹੀਂ। ਇਹ ਗੱਲ ਕਰ ਰਹੇ ਜਿਹੜੇ ਮੰਨ ਲਾ ਜਿਵੇਂ ਰੰਗ ਕਿਸੇ ਵੀ ਪਿੰਡ 'ਚ ਫਰਕ ਨਹੀਂ ਹੈਗਾ, ਕਿਤੇ ਵੀ ਨਹੀਂ ਹੈਗਾ ਜੀ। ਮੈਂ ਇੱਕ ਬੇਨਤੀ ਕਰਦਾ ਹੁੰਦਾ ਸਾਡੇ ਪੰਜਾਬੀਆਂ ਨੂੰ ਵੀ ਯਾਰ ਆਪਾਂ ਬਾਈਆਂ ਨੂੰ ਪ੍ਰਮੋਟ ਨਾ ਕਰੋ, ਬਾਈਆਂ ਨੂੰ ਪਿੱਛੇ ਰੱਖ ਕੇ ਵੀ ਜਿਹੜਾ ਸਾਡੇ ਮਾਝਵੀ ਸਿੱਖ ਨੇ, ਚਾਹੇ ਰਮਦਾਸੀ ਆ, ਭਾਈਚਾਰਾ ਯਾਰ, ਇਹ ਆਪਣੇ ਆਪ ਦੇ ਨੇ, ਇਹ ਸਿੱਖ ਤਾਂ ਹੈਗੇ ਨੇ ਨਾ ਬਈ, ਇਹ ਸਿੱਖ ਨਹੀਂ ਹੈਗੇ, ਬਾਈਆਂ ਨੂੰ ਪਿੱਛੇ ਰੱਖੋ, ਪਹਿਲਾ ਨੰਬਰ ਇਹਨਾਂ ਨੂੰ ਦਿਓ ਯਾਰ, ਇਹ ਆਪਣੇ ਆਪਦੇ ਨੇ। ਜਿਵੇਂ ਭਾਈ ਅੰਮ੍ਰਿਤਪਾਲ ਵੀ ਕਹਿੰਦੇ ਨੇ ਕਿ ਜੇ ਤੁਹਾਨੂੰ 20 ਰੁਪਏ ਮਹਿੰਗੀ ਵੀ ਚੀਜ਼ ਮਿਲਦੀ ਹੈ ਆਪਣੇ ਪੰਜਾਬੀ ਤੋਂ, ਹੁਣ ਬਈ ਕੰਮ ਕਰੋ ਬਈ। ਇਹ ਵੀਰੇ ਕਿੰਨੇ ਬਲਾਤਕਾਰ ਕਰਦੇ ਨੇ, ਕਿੰਨੇ ਕੁੜੀਆਂ ਨਾਲ ਛੇੜਛਾੜ ਕਰਦੇ ਨੇ, ਕਦੇ ਤੁਸੀਂ ਰਮਦਾਸ ਜੀ ਦੇਖਿਆ ਜਾਂ ਕੋਈ ਮਾਝਵੀ ਦੇਖਿਆ ਇਹੋ ਜਿਹੀ ਕੋਈ? ਹਾਂਜੀ, ਉਹ ਐਂ ਸਮਝਣ ਵੀ ਸਾਡੇ ਜਵਾਕ ਨੇ, ਸਾਡਾ ਵੀ ਬਾਹਰ ਸਾਡੇ ਨਾਲ ਰਹਿੰਦੇ ਨੇ ਰੋਜ਼ ਜੀ, ਬਲਾਤਕਾਰ ਕਰਿਆ, ਉੱਧਰ ਚੜ੍ਹ ਕੇ ਟ੍ਰੇਨ, ਉੱਧਰੋਂ ਚੜ੍ਹ ਕੇ ਟ੍ਰੇਨ ਇੱਧਰ ਆ ਗਏ, ਇਹੀ ਕੰਮ ਹੈ ਜੀ ਉਹਨਾਂ ਦਾ। ਉੱਧਰ ਕਰਦੇ ਗੱਲ ਕੀਤੀ ਹੈ ਬਾਈ ਨੇ, ਉਹ ਭਾਈਚਾਰਾ ਜਾਣੀ, ਅਸੀਂ ਤਾਂ ਇਨਸਾਨੀਅਤ ਨੂੰ ਮੰਨਦੇ, ਸਾਰਾ ਸਾਰਿਆਂ ਦਾ ਖੂਨ ਇੱਕ ਆ, ਪਰ ਫਿਰ ਵੀ ਅਸੀਂ ਕਹਿੰਦੇ ਵੀ ਆਪਣੇ ਪੰਜਾਬੀਆਂ ਨੂੰ ਪਹਿਲ ਦਿਓ। ਮੈਂ ਆਉਂਦਾ ਹੋਏ ਰਾਹ ਚਲੋ ਆਪਾਂ ਵਾਲਿਆਂ ਨੂੰ ਡੂੰਘਾ ਕਾਹਤੋਂ ਜਾਣਾ, ਵੀ ਪੰਜਾਬੀਆਂ ਦੀ ਸਿੱਖ ਤਾਂ ਹੈਗੇ ਨਾ, ਤੁਸੀਂ ਗੱਲ ਕਰੀਏ ਬਿਲਕੁਲ ਵੀ ਗਰਾਊਂਡ ਜਿਨ੍ਹਾਂ ਦੇ ਬਾਈ ਨੇ ਗੱਲ ਕਰੀਏ ਮਜ਼ਦੂਰ ਭਾਈਚਾਰੇ ਦੀ, ਅਸੀਂ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਕੋਈ ਨੀਵਾਂ ਦਿਖਾਵੇ ਜਾਂ ਕੋਈ ਉੱਚਾ ਚੱਕ ਕੇ, ਜਿਹੋ ਜਿਹੇ ਉਹਨਾਂ ਦੇ ਹਾਲਾਤ ਆ, ਉਹਨਾਂ ਦੀ ਇਮਾਨਦਾਰੀ ਐਡੀ ਆ, ਬਜ਼ੁਰਗਾਂ ਨੂੰ ਮੈਂ ਪੁੱਛਦਾ ਹੁਣ ਆਪਦਿਆਂ ਨੂੰ ਵੀ ਕਹਿੰਦੇ ਉਹ ਜਿਨ੍ਹਾਂ ਦੇ ਸਿਰੀ ਰਲਾ ਹੁੰਦਾ ਕੋਈ ਜ਼ਿਮੀਂਦਾਰਾਂ ਦੇ, ਉਹ ਕਹਿੰਦੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਕੁੜੀਆਂ ਨੂੰ ਸਾੜ ਜਾਂਦਾ ਵੀ ਆਹ ਚੱਕ ਤੇਰੀ ਜ਼ਿੰਮੇਵਾਰੀ ਆ, ਅਤੇ ਉਹ ਕਹਿੰਦੇ ਅੱਜ ਵੀ ਜ਼ਿਮੀਂਦਾਰ ਕਨੇਡਾ ਅਮਰੀਕਾ ਸੈੱਟ ਬੈਠੇ ਅਤੇ ਪਿੰਡ ਆ ਕੇ ਯਾਦ ਕਰਦੇ ਆ ਵੀ ਯਾਰ ਇਹੋ ਜਿਹਾ ਤੁਹਾਡੇ ਵਰਗਾ ਬੰਦਾ ਨਹੀਂ ਮਿਲਿਆ ਅੱਜ, ਵੀ ਅਸੀਂ ਆਪਦੀਆਂ ਕੁੜੀਆਂ ਨੂੰ ਐਂ ਸੱਟ ਜਾਂਦੇ ਸੀ ਅਤੇ ਉਹ ਕੁੜੀਆਂ ਅੱਜ ਐਂ ਬੈਠੀਆਂ, ਕਹਿੰਦੀ ਬਾਪੂ ਤੁਸੀਂ ਹੁੰਦੇ ਨਹੀਂ ਸੀ, ਜਿਹੜਾ ਆਪਣੇ ਸਿਰੀ ਹੁੰਦਾ ਸੀ ਉਹਨੇ ਸਾਨੂੰ ਪਿਓ ਨੂੰ ਵੱਧ ਸਾਂਭਿਆ, ਉਹ ਪੁੱਛਦੇ ਕੋਈ ਹਰਕਤਾਂ ਨਹੀਂ ਕੀਤੀ, ਨਾ 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 ਨਾ, ਉਹ ਚੀਜ਼ਾਂ ਸਮੇਂ ਨਾਲ ਯਾਦ ਆਉਂਦੀਆਂ, ਕਹਿੰਦੇ ਯਾਰ ਉਹ ਟਾਈਮ ਮਤਲਬ ਗਿਆ ਕਿ ਹੈਗਾ ਵੀ ਆਹ ਚੀਜ਼ਾਂ ਵੀ ਉਹਨਾਂ 'ਤੇ ਇੰਨਾ ਭਰੋਸਾ ਬਣਦਾ ਸੀ ਸਾਡਾ, ਇੰਨਾ ਪਿਆਰ ਆ ਪੰਜਾਬੀਆਂ ਦਾ, ਜਿਹੜੇ ਪਾੜਾ ਪਾਉਂਦੇ ਆ ਨਾ ਸੋਸ਼ਲ ਮੀਡੀਆ 'ਤੇ ਬਹਿ ਕੇ ਰਜਾਈਆਂ 'ਚ ਬਹਿ ਕੇ ਉਹ ਪਾੜਾ ਪਾਉਂਦੇ ਆ, ਜਿਹੜੇ ਕਹਿੰਦੇ ਅਸੀਂ ਮਜ਼ਦੂਰਾਂ ਦੀ ਗੱਲ ਕਰਦੇ ਹਾਂ, ਗਰਾਊਂਡ ਲੈਵਲ 'ਤੇ ਆਓ, ਮਜ਼ਦੂਰਾਂ ਨੂੰ ਬਹੁਤ ਲੋੜ ਆ ਤੁਹਾਡੀ, ਧੱਕੇ ਹੋ ਰਹੇ ਆ, ਗਰਾਊਂਡ ਲੈਵਲ 'ਤੇ ਆ ਕੇ ਲੜੋ, ਫੋਨ 'ਤੇ ਫੇਸਬੁੱਕ 'ਤੇ ਕਾਹਦੀ ਲੜਾਈ ਤੁਸੀਂ ਪਾਤੀ ਜਾ, ਮੈਨੂੰ ਤਾਂ ਉਹਦਾ ਵਿਊ ਲੈਣ ਦਾ ਚੱਕਰ ਆ, ਮੈਂ ਵੀ ਲੜਦਾ ਮਜ਼ਦੂਰਾਂ ਦੀ ਲੜਾਈ, ਪਰ ਗਰਾਊਂਡ ਲੈਵਲ 'ਤੇ ਲੜਦਾ, ਕਿੰਨੇ ਪਰਚੇ ਨੇ ਪੁੱਛ ਲਓ ਕਦੇ, ਐਵੇਂ ਫੋਨ 'ਤੇ ਮੈਂ ਉਹਨੂੰ ਵੀ ਸੁਝਾਅ ਦਿੱਤਾ ਜੀ ਤੁਸੀਂ ਡਾਕਟਰ ਦੀ ਗੱਲ ਕੀਤੀ ਹੈ, ਇਹ ਕਰੀ ਮੈਂ ਕਮੈਂਟ 'ਚ ਲਿਖਤਾ ਥੱਲੇ ਸਾਰਾ ਉਵੇਂ ਪਿਆ ਹੋਰ ਕਾਰਡ, ਮੈਂ ਕਿਹਾ ਜੇ ਤੁਸੀਂ ਵਾਕਈ ਮਜ਼ਦੂਰਾਂ ਦੀ ਗੱਲ ਕਰਦੇ ਹੋ ਜੀ, ਤੁਹਾਡੇ 'ਚ ਬਲੱਡ ਬਾਹਲਾ ਗਾ ਹੈ ਨਾ, ਵੀ ਅਣਖ ਬਾਹਲੀ ਆ, ਤਾਂ ਫਿਰ ਤੁਹਾਡੀ ਲੋੜ ਮਜ਼ਦੂਰਾਂ ਨੂੰ ਗਰਾਊਂਡ ਲੈਵਲ 'ਤੇ ਆ, ਜਿਨ੍ਹਾਂ ਨੂੰ ਕਹਿੰਦੇ ਆ ਵੀ ਵਿਹੜਿਆਂ 'ਚ ਆ, ਸਿੱਧੀ ਕਹਿੰਦਾ ਮੈਂ ਗੱਲ ਵੀ ਉਹਨਾਂ ਨੂੰ ਲੋੜ, ਆ ਜਾ ਤੈਨੂੰ ਮੁੱਦੇ ਮੈਂ ਦਿੰਦਾ, ਇੱਥੇ ਕੁੜੀ ਦਾ ਤਲਾਕ ਹੋਈ ਜਾਂਦਾ, ਧੱਕਾ ਹੋਈ ਜਾਂਦਾ, ਇੱਥੇ ਬਲਾਤਕਾਰ ਹੋ ਗਿਆ, ਇੱਥੇ ਮਜ਼ਦੂਰਾਂ ਨੇ ਦਿਹਾੜੀ ਨਹੀਂ ਦਿੱਤੀ, ਆ ਜਾ ਉੱਥੇ ਅਤੇ ਤੂੰ 100-200 ਬੰਦਾ ਤੇਰੇ ਨਾਲ ਮੈਂ ਭੇਜੂ ਅਤੇ ਲਾ ਧਰਨਾ, ਮੈਨੂੰ ਕਹਿੰਦਾ ਤੇਰੇ ਅਰਕੇ ਤਾਂ ਬਾਬੇ ਨਾਨਕ ਵੇਲੇ ਵੀ ਸੀਗੇ, ਕਹਿੰਦਾ ਫਲਾਨਾ ਢਮਕਾ, ਐਂ ਜਾਣੀ ਉਹਦੀ ਭਾਸ਼ਾ, ਹੁਣ ਤੁਸੀਂ ਗੱਲ ਛੇੜ ਲਈ, ਮਤਲਬ ਉਹਨੂੰ ਬੋਲਣ ਦਾ ਜਾਂ ਤੁਸੀਂ ਡਿਊਟੀ ਲਾਈ ਵੀ ਆ ਬੋਲਣ ਦੀ ਹੈ ਨਾ, ਗਲਤ ਮਜ਼ਦੂਰਾਂ ਦੀ ਗੱਲ ਕਰਦੇ ਹੋ ਜਾਂ ਏਡਾ ਪਾੜਾ ਹੈਗਾ, ਗਰਾਊਂਡ ਲੈਵਲ 'ਤੇ ਆਓ ਨਾ, ਅਤੇ ਉਹ ਕਹਿੰਦਾ ਨਹੀਂ ਅਸੀਂ ਗਰਾਊਂਡ ਲੈਵਲ 'ਤੇ ਨਹੀਂ ਆਉਣਾ, ਮੈਂ ਫਿਰ ਤੂੰ ਸੋਸ਼ਲ ਮੀਡੀਆ 'ਤੇ ਕਿਉਂ ਇਹ ਕੁਛ ਕਰਦਾ, ਸੁਝਾਅ ਦਿੱਤੇ ਉਹਨੂੰ, ਮਤਲਬ ਮੈਨੂੰ ਬਾਅਦ 'ਚ ਸਿਆਣੇ ਬੰਦੇ ਨੇ ਰੋਕਿਆ, ਚਲ ਮੈਂ ਨਾਂ ਨਹੀਂ ਲੈਂਦਾ, ਕਹਿੰਦੇ ਸੋਨੀ ਇਹਦੇ 'ਤੇ ਕੀ ਐਨਰਜੀ ਖਰਾਬ ਕਰਨੀ ਆ, ਇਹਨੇ ਮੁੜ ਕੇ ਤੇਰੇ 'ਤੇ ਘੰਟਾ ਲਾ ਕੇ ਵੀਡੀਓ ਪਾ ਦੇਣੀ ਆ, ਅਤੇ ਮੁੜ ਕੇ ਕਹਿੰਦਾ ਆਪਾਂ ਐਵੇਂ ਉਲਝਾਵਾਂਗੇ, ਆਪਾਂ ਗਰਾਊਂਡ ਲੈਵਲ 'ਤੇ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਕੰਮ ਕਰਨਾ ਚਾਹੀਦਾ, ਅਸੀਂ ਨਹੀਂ ਫੇਸਬੁੱਕ 'ਤੇ ਬੋਲਦੇ ਇੰਨਾ ਵੀ। ਸੋ ਜਾਂਦੇ ਜਾਂਦੇ ਉਹ
ਭਰਾ ਵੀ ਪਹੁੰਚੇ ਨੇ, ਜਿਵੇਂ ਪਹਿਲਾਂ ਵੀ ਦੱਸਿਆ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਤਕਲੀਫ 'ਚ ਨੇ, ਤਾਂ ਵੀ ਸਿਰਫ ਉਸ ਭਾਨੇ ਦੇ ਹੱਕ ਦੇ ਵਿੱਚ ਉਹਦੀ ਸਪੋਰਟ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਨੇ ਕਦੇ ਇਹਨਾਂ ਦੀ ਮਦਦ ਕੀਤੀ ਸੀ। ਸੋ ਤੁਸੀਂ ਕੀ ਨੌਜਵਾਨਾਂ ਨੂੰ, ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹੋਗੇ? ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਕੱਲ੍ਹ ਨੂੰ ਜਿੰਨਾ ਪਹੁੰਚਿਆ ਜਾਂਦਾ ਹੈ ਨੌਜਵਾਨ ਪੀੜ੍ਹੀ, ਵੱਧ ਤੋਂ ਵੱਧ ਪਹੁੰਚੋ ਜੀ। ਸਾਰੇ ਵੀਰਾਂ ਨੂੰ ਇਹੀ ਬੇਨਤੀ ਆ ਸਾਡੀ ਤਾਂ ਬਈ ਵੀ ਵੱਧ ਤੋਂ ਵੱਧ ਪਹੁੰਚੋ ਕੱਲ੍ਹ ਨੂੰ, ਇੱਥੇ ਬਾਈ ਕਰਕੇ ਆਪਾਂ ਇਕੱਠ ਕਰਿਆ ਗਾ ਸਾਰੇ ਵੀਰ ਪਹੁੰਚਣਾ। ਸੋ ਦੋਸਤੋ ਇਹੀ ਨੌਜਵਾਨਾਂ ਦਾ ਕਹਿਣਾ ਸਭ ਦਾ, ਜ਼ਰੂਰ ਕੱਲ੍ਹ ਨੂੰ ਪਹੁੰਚੋ, ਵੱਡਾ ਇਕੱਠ ਹੈ। ਸੋ ਕੱਲ੍ਹ ਨੂੰ ਮਿਲਦੇ ਹਾਂ, ਲਾਈਵ ਵੀ ਤੁਹਾਡੇ ਸਾਹਮਣੇ ਆਵੇਗਾ ਕੱਲ੍ਹ ਦਾ, ਜੋ ਵੀ ਇੱਥੇ ਸੰਘਰਸ਼ ਵਿੱਢਿਆ ਜਾਵੇਗਾ, ਜੋ ਵੀ ਗੱਲਬਾਤ ਹੁੰਦੀ ਹੈ ਤੁਹਾਡੇ ਸਾਹਮਣੇ ਰੱਖਾਂਗੇ। ਸੋ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ, ਫਿਲਹਾਲ ਸਾਨੂੰ ਦਿਓ ਇਜਾਜ਼ਤ, ਧੰਨਵਾਦ।